ਸੰਤ ਬੰਦਗੀ ਕਰਦੇ ਸੀ, ਉਹਨਾਂ ਦੀ ਹਜ਼ੂਰੀ ਵਿੱਚ ਇੱਕ ਫੁੱਟਬਾਲ ਆ ਗਿਆ। ਫੁੱਟਬਾਲ ਆ ਕੇ ਕਹਿੰਦਾ, ਬਾਬਾ ਜੀ ਮੈਨੂੰ ਬੇਨਤੀ ਕਰਨੀ ਆ, ਤੁਸੀਂ ਦੁਨੀਆਂ ਦੇ ਦੁੱਖ ਦੂਰ ਕਰਦੇ ਹੋ, ਮੇਰਾ ਵੀ ਦੁੱਖ ਦੂਰ ਕਰੋ। ਹੁਣ ਫੁੱਟਬਾਲ ਨੂੰ ਕਿਹੜਾ ਦੁੱਖ ਹੈ? ਫੁੱਟਬਾਲ ਕਹਿੰਦਾ, ਜੀ ਮੇਰੀ ਕਿਸਮਤ ਵਿੱਚ ਠੁੱਡੇ ਹੀ ਲਿਖੇ ਆ। ਆਖੋ ਸਾਧਨਾ, ਜਿੰਨੇ ਆਪਾਂ ਇੱਥੇ ਬੈਠੇ ਹਾਂ, ਅਸੀਂ ਵੀ ਕਹਿੰਦੇ ਵੀ ਸਾਡੀ ਕਿਸਮਤ ਵਿੱਚ ਦੁੱਖ ਹੀ ਲਿਖਿਆ ਕਿ ਅਸੀਂ ਕਦੀ ਸੁੱਖ ਦੇਖਣਾ ਹੀ ਨਹੀਂ। ਫੁੱਟਬਾਲ ਕਹਿੰਦਾ, ਮੇਰੇ ਮੁਕੱਦਰਾਂ ਵਿੱਚ ਠੁੱਡੇ ਹੀ ਲਿਖੇ ਆ। ਸਵੇਰੇ ਬੱਚੇ ਠੁੱਡੇ ਮਾਰਦੇ, ਦੁਪਹਿਰ ਨੂੰ ਨੌਜਵਾਨ, ਜੇ ਕਿਤੇ ਸ਼ਾਮ ਨੂੰ ਕਿਤੇ ਪਿਆ ਹੋਵਾਂ ਤਾਂ ਬੀਬੀ ਠੁੱਡਾ ਮਾਰ ਕੇ ਇੱਧਰ ਨੂੰ ਕਰ ਦਿੰਦੀ ਕਿ ਮੇਰੀ ਕਿਸਮਤ ਵਿੱਚ ਠੁੱਡੇ ਹੀ ਲਿਖੀ ਹੈ। ਕਹਿੰਦੇ ਮਹਾਂਪੁਰਸ਼ ਹੱਸ ਪਏ, ਮੁਸਕਰਾ ਪਏ, ਕਹਿੰਦੇ ਤੂੰ ਚਾਹੁੰਦਾ ਕੀ ਹੈ? ਫੁੱਟਬਾਲ ਕਹਿੰਦਾ, ਦੁਨੀਆਂ ਦੇ ਠੁੱਡੇ, ਦੁਨੀਆਂ ਦੇ ਦੁੱਖ ਮਿਟਾਉਣ ਵਾਲਿਓ, ਮੇਰੀ ਜ਼ਿੰਦਗੀ ਦਾ ਵੀ ਦੁੱਖ ਮਿਟਾ ਦਿਓ, ਮੇਰੀ ਜ਼ਿੰਦਗੀ ਵਿੱਚੋਂ ਵੀ ਦੁੱਖਾਂ ਦੇ ਠੁੱਡੇ ਮੁੱਕ ਜਾਣਾ। ਕੋ ਸਾਧਨਾ, ਤੇ ਮਹਾਂਪੁਰਸ਼ ਹੱਸ ਕੇ ਮੁਸਕਰਾ ਕੇ ਕਹਿੰਦੇ ਤੇਰਾ ਠੁੱਡਾ ਜਿਹੜਾ ਦੁੱਖਾਂ ਦਾ ਤੈਨੂੰ ਪੈਂਦਾ ਨਾ, ਮੁੱਕ ਜਾਏਗਾ, ਤੈਨੂੰ ਇੱਕ ਕੰਮ ਕਰਨਾ ਪੈਣਾ। ਕਹਿੰਦੇ ਕਿਹੜਾ? ਕਹਿੰਦੇ ਸਾਡੀ ਗੱਲ ਮੰਨਣੀ ਪੈਣੀ। ਕਹਿੰਦੇ ਬਾਬਾ ਜੀ ਕਿਹੜੀ ਗੱਲ ਮੰਨਣੀ ਪੈਣੀ? ਕਹਿੰਦੇ ਸਾਨੂੰ ਤੇਰੀ ਹਵਾ ਕੱਢਣੀ ਪੈਣੀ। ਆਖੋ ਸਾਧਨਾ, ਸਾਨੂੰ ਤੇਰੀ ਹਵਾ ਕੱਢਣੀ ਪੈਣੀ। ਕਹਿੰਦਾ ਬਾਬਾ ਜੀ ਛੇਤੀ ਕੱਢੋ। ਕਹਿੰਦੇ ਦੇਖ ਲੈ ਫਿਰ ਗੁੱਸਾ ਨਾ ਕਰੀ। ਕਹਿੰਦੇ ਮਹਾਂਪੁਰਸ਼ਾਂ ਨੇ ਕੀ ਕੀਤਾ? ਸੂਈ ਮੰਗਾਈ, ਫੁੱਟਬਾਲ ਤੇ ਮਾਰੀ ਤੇ ਉਹਦੀ ਹਵਾ ਲਓ। ਹੁਣ ਠੁੱਡਾ ਮਾਰਨ ਵਾਲਾ ਆਇਆ, ਉਹ ਕਹਿੰਦਾ ਮੈਂ ਠੁੱਡਾ ਮਾਰਨਾ, ਹਵਾ ਹੈ ਹੀ ਨਹੀਂ ਹੈ ਤੇ ਉਹਦਾ ਠੁੱਡਾ ਮਾਰਨ ਨੂੰ ਜੀ ਨਹੀਂ ਕਰਦਾ। ਕੋ ਸਾਧਨਾ, ਗੱਲ ਬਸ ਇੰਨੀ ਹੈ, ਗੁਰੂ ਦੀ ਝੂਰੀ ਚ ਆਪਾਂ ਆਏ ਹਾਂ, ਅੰਦਰ ਜਿਹੜੀ ਹਵਾ ਆ ਨਾ, ਅੰਦਰ ਦੀ ਹਵਾ, ਮੈਂ ਵੀ ਵਿੱਚੇ ਹੀ ਹਾਂ। ਕੀਰਤਨ ਕਰਨ ਵਾਲਾ ਕਵੇ ਮੇਰੇ ਵਰਗਾ ਕੋਈ ਕੀਰਤਨ ਹੀ ਨਹੀਂ ਕਰਦਾ, ਸਾਜ਼ ਵਜਾਉਣ ਵਾਲੇ ਕਹਿਣ ਮੇਰੇ ਵਰਗਾ ਕੋਈ ਸਾਜ਼ ਨਹੀਂ ਵਜਾਉਂਦਾ, ਗਾਉਣ ਵਾਲਾ ਕਵੇ ਮੇਰੇ ਵਰਗਾ ਕੋਈ ਗਾਈ ਨਹੀਂ ਸਕਦਾ, ਤੇ ਪਾਠ ਕਰਨ ਵਾਲੇ ਕਹਿਣ ਬੱਲੇ ਬੱਲੇ ਬੱਲੇ, ਅਸੀਂ 4 ਘੰਟੇ ਚ ਪਹਿਰਾ ਕਰ ਲਿਆ। ਇਹ ਹਵਾ ਹੀ ਹੈ। ਜਿਸ ਦਿਨ ਸਾਡੇ ਅੰਦਰੋਂ ਇਹ ਹਵਾ ਨਿਕਲ ਗਈ ਨਾ, ਤੇ ਆਪਾਂ ਕਿਹਾ ਹਮ ਨਹੀਂ ਚੰਗੇ ਬੁਰਾ ਨਹੀਂ ਹੋਏ। ਬਸ ਜਿਸ ਦਿਨ ਸਾਡੇ ਅੰਦਰੋਂ ਇਹ ਹਵਾ ਨਿਕਲ ਗਈ, ਯਾਦ ਰੱਖਿਓ ਮਹਾਰਾਜ ਨੂੰ ਕਹਿਣਾ, ਦੋਵੇਂ ਹੱਥ ਜੋੜ ਕੇ ਤੁਧੇ ਆ ਕੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਮੈਨੂੰ ਨੀ ਕੋਈ ਵੀ ਜਾਣਦਾ, ਕੋਈ ਨਾ ਉਹ ਨਾ ਜਾਣੇ ਮੇਰਾ। ਬਸ ਫਿਰ ਦੇਖਿਓ ਜਦੋਂ ਹਵਾ ਨਿਕਲ ਗਈ, ਆਪਣੇ ਆਪ ਨੂੰ ਜ਼ੀਰੋ ਕਰ ਦਿੱਤਾ, ਤੇਰੇ ਜ਼ੀਰੋ ਕਰਨ ਦੀ ਦੇਰ ਆ, ਬਾਬਾ ਦੀਪ ਸਿੰਘ ਤੈਨੂੰ ਹੀਰੋ ਬਣਾ ਕੇ ਤੁਹਾਨੂੰ। ਸੋ ਜਦੋਂ ਹਵਾ ਅੰਦਰੋਂ ਨਿਕਲ ਜਾਂਦੀ ਹੈ, ਹੋਮੇ ਦੀ, ਹੰਕਾਰ ਦੀ, ਕਾਮ ਕ੍ਰੋਧ ਲੋਮੋ ਹੰਕਾਰ ਦੀ ਨਾ, ਤੇ ਸੂਈ ਕਿਹੜੀ ਵੱਜਦੀ ਹੈ? ਫਿਰ ਚਪਹਿਰਾ ਸਾਹਿਬ ਦੀ ਬਾਣੀ ਦੀ, ਮਹਾਰਾਜ ਸੂਈ ਮਾਰ ਕੇ ਅੰਦਰੋਂ ਹਵਾ ਕੱਢ ਦਿੰਦੇ ਆ। ਸੋ ਸਾਧ ਸੰਗਤ, ਜਦੋਂ ਹਵਾ ਨਿਕਲ ਗਈ ਫਿਰ ਕੋਈ ਦੁੱਖ ਨਹੀਂ ਲੱਗਦਾ। ਫਿਰ ਕਹਿੰਦਾ, ਜਾ ਰਹਿਣਾ ਨਾਹੀਂ ਐਤ ਜਗ ਤਾਂ ਕਾਇਤ ਗਰਭ, ਜਦੋਂ ਰਹਿਣਾ ਹੀ ਨਹੀਂ ਫਿਰ ਦੁੱਖ ਕਰਦਾ ਆ। ਸੋ ਆਓ